ਨਸ਼ਿਆਂ ਦੇ ਲਈ ਬਦਨਾਮ ਪੂਰੇ ਪਿੰਡ ਦੇ ਵਿੱਚ 71 ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਨੇ। ਨਹਿਰੀ ਵਿਭਾਗ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ। ਨਹਿਰ ਦੇ ਆਲੇ ਦੁਆਲੇ ਇਹਨਾਂ ਨੇ ਨਾਜਾਇਜ਼ ਘਰ ਬਣਾਏ ਸੀ ਤਾਂ ਹੁਣ ਵਿਭਾਗ ਦੇ ਵੱਲੋਂ ਨੋਟਿਸ ਕੱਢੇ ਗਏ ਨੇ ਔਰ ਇਹਨਾਂ 71 ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਨੇ। ਗੁਰਦਾਸਪੁਰ ਦਾ ਪਿੰਡ ਹੈ ਡੀਡਾ ਸਾਂਸੀਆ, ਜਿੱਥੇ ਨਹਿਰੀ ਵਿਭਾਗ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ। ਨਸ਼ਿਆਂ ਦੇ ਲਈ ਇਹ ਪੂਰਾ ਪਿੰਡ ਬਦਨਾਮ ਹੈ। 3 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਈ। ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਨਸ਼ਾ ਤਸਕਰੀ ਕਰਦੇ 6 ਘਰਾਂ ਦੇ ਲੋਕ ਫਰਾਰ ਹੋ ਗਏ। ਪੁਲਿਸ ਨੇ ਉਹਨਾਂ 6 ਘਰਾਂ ਨੂੰ ਸੀਲ ਕੀਤਾ ਤਾਂ ਦੂਸਰੇ ਦਿਨ ਹੀ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ। ਨਹਿਰੀ ਵਿਭਾਗ ਨੇ ਪਿੰਡ ਦੇ 71 ਲੋਕਾਂ ਨੂੰ ਘਰ ਖਾਲੀ ਕਰਨ ਦੇ ਨੋਟਿਸ ਜਾਰੀ ਕੀਤੇ ਨੇ, ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 56 ਲੋਕਾਂ ਨੂੰ ਹੀ ਨੋਟਿਸ ਮਿਲੇ ਨੇ। ਫਿਲਹਾਲ ਨਹਿਰੀ ਵਿਭਾਗ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ। ਨਹਿਰ ਦੇ ਆਲੇ ਦੁਆਲੇ ਇਹਨਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਘਰ ਬਣਾਏ ਹੋਏ ਸੀ ਤਾਂ ਹੁਣ ਪਿੰਡ ਵਾਸੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਰੋਸ ਦੀ ਲਹਿਰ ਹੈ। ਸੁਣੋ ਉਹਨਾਂ ਦੇ ਵੱਲੋਂ ਕੀ ਬਿਆਨ ਦਿੱਤੇ ਗਏ। ਮੈਂ ਪਿੰਡ ਡੀਡਾ ਸਾਂਸੀਆਂ ਦਾ ਰਹਿਣ ਵਾਲਾ, ਮੈਂ ਗੁਰਦਾਸਪੁਰ ਕੋਰਟ 'ਚ ਐਜ਼ ਏ ਮੁਨਸ਼ੀ ਹਾਂ। ਨੋਟਿਸ ਆਇਆ ਜੀ ਸਾਨੂੰ 31 ਤਰੀਕ ਨੂੰ ਨੋਟਿਸ ਮਿਲਿਆ ਜੀ ਸਾਨੂੰ। 24 ਤਰੀਕ ਨੂੰ ਨੋਟਿਸ ਇਸ਼ੂ ਹੋਇਆ ਸੀ, ਉਹਦੀ ਰਿਸੀਵਿੰਗ ਸਾਨੂੰ 31 ਤਰੀਕ ਨੂੰ ਪਵਾਈ ਇਹਨਾਂ ਨੇ। 7 ਦਿਨ ਸਾਡੇ ਤੱਕ ਨੋਟਿਸ ਨਹੀਂ ਪਹੁੰਚਿਆ। 1 ਤਰੀਕ ਨੂੰ ਸਾਨੂੰ ਪੇਸ਼ ਹੋਣ ਵਾਸਤੇ ਕਹਿ ਦਿੱਤਾ ਨਹਿਰ ਮਹਿਕਮੇ ਦੇ ਐਕਸੀਅਨ ਸ਼੍ਰੀ ਕਰਨਵੀਰ ਸਿੰਘ ਬੈਂਸ ਕੋਲ। ਅਸੀਂ ਉੱਥੇ ਗਏ, ਮੇਰੇ ਸਰਪੰਚ ਸਾਹਿਬ ਗਏ ਨਾਲ, ਅਸੀਂ ਪਿੰਡ ਦੇ ਹੋਰ ਬੰਦੇ ਗਏ ਜਿਨ੍ਹਾਂ ਨੂੰ ਸਾਨੂੰ ਨੋਟਿਸ ਆਏ ਦੇ ਸੀ। ਅਸੀਂ ਉੱਥੇ ਗਏ, ਅਸੀਂ ਉੱਥੇ ਜਾ ਕੇ ਮਿਲੇ ਹਾਂ। ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਕੋਲ ਆਓ ਜਾਂ ਨਾ ਆਓ, ਸਾਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ, ਅਸੀਂ ਤੁਹਾਡੇ ਖਿਲਾਫ ਹੀ ਚੱਲਣਾ ਹੈ। ਨੋਟਿਸ 'ਚ ਸਾਨੂੰ ਸਾਰੇ ਉੱਥੇ ਸਾਨੂੰ ਪੇਸ਼ ਹੋਣ ਵਾਸਤੇ ਕਿਹਾ ਸੀ। ਸਾਡੇ ਕੋਈ 6 ਕੁ ਘਰਾਂ ਨੂੰ ਪਹਿਲੇ ਨੋਟਿਸ ਆਏ ਸੀਗੇ, ਉਹਦੇ ਵਿੱਚ ਉਹਨਾਂ ਨੇ ਪੇਸ਼ੀਆਂ ਆਪਣੀਆਂ ਉੱਥੇ ਭੁਗਤੀਆਂ ਸੀਆਂ, ਪਰ ਉਹ ਪੇਸ਼ੀਆਂ ਦਾ ਉਹਨਾਂ ਨੂੰ ਕੋਈ ਫਾਇਦਾ ਹੋਇਆ ਨਹੀਂ ਉੱਥੇ ਜਾਣ ਦਾ। ਉਹ ਬਤੌਰ ਨੋਟਿਸ 'ਤੇ ਨੋਟਿਸ ਕੱਢਦੇ ਗਏ ਅਤੇ ਅੱਗੇ ਉਹਨਾਂ ਨੇ 4th-5th ਨੋਟਿਸ ਉਹਨਾਂ ਨੂੰ ਭੇਜਤਾ ਕਿ ਤੁਹਾਡੇ ਕੋਲ 30 ਦਿਨ ਦਾ ਟਾਈਮ ਆ, ਤੁਸੀਂ ਆਪਣੇ ਘਰ ਖਾਲੀ ਕਰ ਦਵੋ। ਵਜ੍ਹਾ ਕੀ ਨੋਟਿਸ ਕਰਨ ਦੀ? ਇਹੀ ਕਿ ਜੀ ਤੁਸੀਂ ਨਹਿਰ ਮਹਿਕਮੇ ਦੀ ਜਗ੍ਹਾ ਵਿੱਚ ਰਹਿ ਰਹੇ ਹੋ, ਇਹ ਜਗ੍ਹਾ ਸਰਕਾਰੀ ਆ, ਤੁਸੀਂ ਆਪਣੇ ਘਰ ਨਹਿਰ ਦੇ ਉੱਤੇ ਬਣਾਏ ਹੋਏ ਆ ਅਤੇ ਇਹ ਜਗ੍ਹਾ ਖਾਲੀ ਕਰੋ। ਜਦਕਿ ਇਹ ਸਾਡੇ ਘਰ, ਸਾਡੇ 200 ਸਾਲ ਤੋਂ ਸਾਡੇ ਉੱਥੇ ਬਜ਼ੁਰਗ ਰਹਿ ਰਹੇ ਆ, ਸਾਡੇ ਦਾਦੇ ਪੜਦਾਦੇ ਉਹਨਾਂ ਤੋਂ ਵੀ ਪਹਿਲਾਂ ਦਾ ਕਾਫੀ ਇੱਥੇ ਸਾਡਾ ਰਹਿ ਰਹੇ ਆ ਸਾਰੇ, ਅਤੇ ਹੁਣ ਇੱਥੇ ਆਣ ਕੇ ਅਸੀਂ ਪੱਕੇ ਘਰ ਬਣਾਏ ਹੋਏ ਆ, ਬੜੀ ਮੁਸ਼ਕਲ ਬਣਾਏ ਆ ਅਸੀਂ ਘਰ, ਅਤੇ ਹੁਣ ਸਾਨੂੰ 200 ਸਾਲ ਤੋਂ ਬਾਅਦ ਇਹ ਨੋਟਿਸ ਆ ਕੇ ਇੱਕਦਮ ਸਾਨੂੰ ਘਰ ਖਾਲੀ ਕਰਨ ਨੂੰ ਕਹਿਤਾ ਹੈ ਕਿ ਆਪਣੇ ਘਰ ਖਾਲੀ ਕਰੋ, ਇਹ ਸਰਕਾਰ ਦੀ ਜਗ੍ਹਾ ਆ, ਘਰ ਢਾਣੇ ਆ। ਇੱਦਾਂ ਇੱਕਦਮ ਸਾਡੇ ਘਰ ਢਾਣ ਨੂੰ ਸਾਨੂੰ ਕਹਿਤਾ ਅਤੇ ਅਸੀਂ ਕਿੱਥੇ ਜਾਵਾਂਗੇ? ਨਸ਼ੇ ਦਾ ਮੁੱਦਾ ਜੀ ਦੇਖੋ, ਜਿਹੜੇ ਬੰਦੇ ਨਸ਼ਾ ਵੇਚਦੇ ਸੀ ਜਾਂ ਜਿਨ੍ਹਾਂ 'ਤੇ ਵੀ ਕੋਈ ਪਰਚੇ ਹੋਏ ਜਾਂ ਕੁਛ ਵੀ ਹੋਏ, ਉਹਨਾਂ 'ਤੇ ਬਣਦੀ ਕਾਰਵਾਈ ਸਰਕਾਰ ਨੇ ਕਰਤੀ ਆ। ਨਸ਼ਾ ਕਿਹੜਾ ਇਕੱਲਾ ਇਸੇ ਪਿੰਡ 'ਚ ਵਿਕਦਾ ਪਿਆ, ਪੂਰੇ ਪੰਜਾਬ 'ਚ ਵਿਕਦਾ ਪਿਆ, ਸਾਰਿਆਂ 'ਤੇ ਪਰਚੇ ਹੋਏ ਕਰਦੇ ਆ। ਕਿੰਨੇ ਕੁ ਲੋਕਾਂ ਦੇ ਘਰ ਢਾਤੇ ਇਹਨਾਂ ਨੇ ਸਰ? ਉਹਦੇ ਵਿੱਚ ਇੱਕ ਗੱਲ ਦੇਖੋ, 3 ਮੌਤਾਂ ਹੋਈਆਂ, ਉਹ 3 ਮੌਤਾਂ ਦੇ ਵਿੱਚ 2 ਮੌਤਾਂ ਜਿਹੜੀਆਂ ਸਾਡੇ ਪਿੰਡ ਦੇ ਬਾਹਰੋਂ ਪੈਲੀਆਂ 'ਚ ਲਾਸ਼ਾਂ ਮਿਲੀਆਂ 2, ਠੀਕ ਹੈ ਜੀ। ਇੱਕ ਬਾਈਪਾਸ ਦੀ ਪਰਲੀ ਸਾਈਡ ਤੋਂ ਮਿਲੀ, ਉਹ ਸਾਡੇ ਪਿੰਡ ਦੀ ਹੱਦ ਨਹੀਂ ਹੈਗੀ, ਉਹ ਚੰਗੀ ਪਿੰਡ ਦੀ ਹੱਦ ਆਉਂਦੀ ਹੈ, ਉਹ ਵੀ ਸਾਡੇ ਪਿੰਡ 'ਚ ਪਾਤੀ। ਲਾਸ਼ਾਂ 2 ਸਾਡੇ ਪਿੰਡ ਤੋਂ ਲੱਭੀਆਂ, ਉਹਦੇ ਵਿੱਚ ਵਾਂਖੇ ਦੇ ਬੰਦੇ ਇਨਵੋਲਵ ਕੀਤੇ, ਪਨਿਆੜ ਦੇ ਬੰਦੇ ਇਨਵੋਲਵ ਕੀਤੇ, ਉਹ ਕਿਉਂ? ਵੈਰੀਫਿਕੇਸ਼ਨ ਕੀਤੀ ਕਿਸੇ ਦੀ ਵੈਰੀਫਿਕੇਸ਼ਨ ਨਹੀਂ ਕੀਤੀ। ਚਲੋ ਜੇ ਕੋਈ ਇੱਕ ਅੱਧਾ ਬੰਦਾ ਵੈਰੀਫਾਈ ਹੋਇਆ, 33-34 ਬੰਦਿਆਂ 'ਤੇ ਇਹਨਾਂ ਨੇ ਪਰਚਾ ਦੇ ਦਿੱਤਾ, ਉਹਨਾਂ ਦੀ ਬਣਦੀ ਕਾਰਵਾਈ ਹੋ ਗਈ ਆ, ਠੀਕ ਹੈ। ਉਹਨਾਂ ਦਾ ਘਾਟ ਆਉਂਦਾ ਤਾਂ ਮਤਲਬ ਕੋਈ ਬਣਦਾ ਹੀ ਨਹੀਂ ਹੈ, ਜੋ ਉਹਨਾਂ ਦੀ ਕਾਰਵਾਈ ਬਣਦੀ ਉਹਨਾਂ ਦੇ ਪਰਚੇ ਦਰਜ ਹੋ ਗਏ, ਆਪਣੀ ਸਜ਼ਾ ਭੁਗਤ ਰਹੇ ਆ। ਦੇਖੋ ਜੀ, ਜੇ ਪੁਲਿਸ ਨੇ ਪਰਚੇ ਦਰਜ ਕੀਤੇ ਆ, ਕੁਛ ਦੇਖ ਕੇ ਕੀਤੇ ਆ, ਉਹ ਕਾਰਵਾਈ ਕੀਤੀ ਆ ਉਹਨਾਂ 'ਤੇ, ਉਹ ਆਪਣੀ ਬਣਦੀ ਜਿਹੜੀ ਕਾਰਵਾਈ ਉਹਨਾਂ ਨੇ ਕਰ ਲਈ ਹੈ, ਜਿਨ੍ਹਾਂ 'ਤੇ ਪਰਚੇ ਹੋਏ ਆਪਣੀ ਸਜ਼ਾ ਭੁਗਤੇ ਕਰਦੇ ਹੋਏ ਬੰਦੇ ਜੇਲ੍ਹ 'ਚ। ਦੇਖੋ ਜੀ, ਸਾਰਾ ਪਿੰਡ ਨਹੀਂ ਨਸ਼ਾ ਕਰਦਾ, ਮੈਂ ਵੀ ਹੈਗਾ ਇੱਥੇ, ਸਾਡੇ ਸਰਪੰਚ ਸਾਹਿਬ ਰਹਿੰਦੇ ਆ ਇੱਥੇ, ਸਾਡੇ ਬੜੇ ਹੋਰ ਚਾਚੇ ਤਾਏ ਵੀ ਰਹਿੰਦੇ ਆ, ਸਾਰੇ ਕੋਈ ਨਸ਼ੇ ਦਾ ਕੰਮ ਥੋੜ੍ਹੀ ਕਰਦਾ ਪਿਆ। ਮੈਂ ਕਚਹਿਰੀ 'ਚ ਮੁਨਸ਼ੀ ਲੱਗਾ ਹਾਂ, ਕੋਈ ਸਾਡਾ ਬੰਦਾ ਰੇਲਵੇ 'ਚ, ਕੋਈ ਪੰਜਾਬ ਪੁਲਿਸ 'ਚ, ਕੋਈ ਅਮੈਰੀਕਾ, ਕੋਈ ਇੰਗਲੈਂਡ, ਕੋਈ ਕੈਨੇਡਾ ਆ, ਸਾਡੇ ਪਿੰਡ ਦੇ ਵਕੀਲ ਹੈਗੇ, ਸਾਡੇ ਪਿੰਡ 'ਚ ਜਰਨਲ, ਕਰਨਲ, ਔਫੀਸਰ, ਹਰ ਰੈਂਕ ਦਾ ਬੰਦਾ ਸਾਡੇ ਪਿੰਡ 'ਚ ਹੈਗਾ ਆ।
ਸਾਰੇ ਬੰਦੇ ਇੱਥੇ ਨਸ਼ਾ ਵੇਚ ਕੇ ਥੋੜੀ ਘਰ ਬਣਾਏ ਦੇ ਸਾਰਿਆਂ ਨੇ। ਟੋਟਲ ਕਿੰਨੇ ਪਿੰਡ ਘਰ ਨੇ ਪਿੰਡ ਦੇ ਵਿੱਚ? ਪਿੰਡ 'ਚ 100 ਤੋਂ ਵੱਧ ਘਰ ਹੈਗਾ ਜੀ। ਤੇ ਕਿੰਨੇ ਘਰਾਂ ਦਾ ਨੋਟਿਸ ਆ ਗਿਆ ਜੀ? 71 ਘਰਾਂ ਨੂੰ ਨੋਟਿਸ ਆ ਚੁੱਕਿਆ। ਪਲਾਨ ਇਹੀ ਹੈ ਜੀ ਸਰਕਾਰ ਤੋਂ ਗੁਹਾਰ ਲਾਇਆ ਕਰਨੇ ਆ ਕਿ ਜੇ ਸਾਨੂੰ ਇਨਸਾਫ ਦਿੱਤਾ ਜਾਏਗਾ। ਇਹ ਜੀ ਡੇਟਾ ਸੈਂਸੀਆ ਮਸਲਾ ਇਹ ਹੈ ਵੀ ਉਹਨਾਂ ਨੇ ਇਲੀਗਲ ਕਰੋਜਮੈਂਟ ਕੀਤੀ ਪਿੰਡ ਵਾਸੀਆਂ ਨੇ ਨਹਿਰ ਦੇ ਆਲੇ ਦੁਆਲੇ, ਅਤੇ ਸਰਕਾਰ ਇਸ ਮੈਟਰ ਨੂੰ ਲੈ ਕੇ ਬਹੁਤ ਸਖਤ ਹੈ। ਅੱਗੋਂ ਜੋ ਸਰਕਾਰ ਦੀ ਹਦਾਇਤਾਂ ਹੋਈ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ। ਕੀ ਨੋਟਿਸ ਜਾਰੀ ਕੀਤੇ ਗਏ? ਨੋਟਿਸ ਜਾਰੀ ਕੀਤੇ ਨਾਲ ਉਹਨਾਂ ਨੂੰ ਆਪਣਾ ਇਹ ਪੇਸ਼ੀ ਵੀ ਹੋਈ ਹੈ ਮੰਡਲ ਦਫ਼ਤਰ ਵਿੱਚ, ਉਹਨਾਂ ਨੂੰ ਬੁਲਾਇਆ ਵੀ ਗਿਆ, ਅਤੇ ਬਾਕੀ ਜੋ ਕਾਰਵਾਈ ਹੋਈ ਆਪ ਜੀ ਨੂੰ ਸੂਚਿਤ ਕਰ ਦਿੱਤਾ ਜਾਏ ਸਮੇਂ ਸਿਰ ਜੋ ਸਰਕਾਰ ਦੀ ਹਦਾਇਤਾਂ ਹੋਣਗੀਆਂ। ਕਿੰਨੇ ਲਗਭਗ ਘਰ ਨੇ ਉਹ? ਘਰ ਤਾਂ ਕਾਫੀ ਜ਼ਿਆਦਾ ਹੈ, ਤੁਸੀਂ ਲਗਾ ਲਓ ਵੀ 80% ਘਰ ਹੈਗੇ ਹੈ ਜਿਨ੍ਹਾਂ ਨੇ ਅਪਰੋਚਮੈਂਟ ਕੀਤੀ। ਅੱਗੋਂ ਪ੍ਰੋਸੈਸ ਸਰਕਾਰ ਦਾ ਇਹ ਹੈ ਵੀ ਉਹਨਾਂ ਨੋਟਿਸ ਦਿੱਤੇ ਆ, ਜੇ ਉਹ ਆਪਣਾ ਖਾਲੀ ਕਰਦੇ ਆ ਤਾਂ ਠੀਕ ਹੈ, ਨਹੀਂ ਤਾਂ ਅੱਗੋਂ ਜੋ ਜਾਰੀ ਹੋਣਗੀਆਂ ਹਦਾਇਤਾਂ ਸਾਨੂੰ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਸਰਕਾਰ। ਮਸਲਾ ਜੀ ਆ, ਨੋਟਿਸ ਆਏ ਆ ਸਾਨੂੰ ਨਹਿਰੀ ਵਿਭਾਗ ਦੇ, ਕਹਿੰਦੇ ਘਰ ਖਾਲੀ ਕਰੋ। ਵਜ੍ਹਾ ਨਸ਼ੇ ਦਾ ਮੁੱਦਾ ਹੀ ਆ ਮੇਨ, ਉਹੀ ਬੰਦੇ ਮਰੇ ਸੀ ਉਹਦੇ 'ਤੇ ਬਾਅਦ ਹੋਇਆ ਬਸ। ਪਹਿਲਾਂ ਘੱਟ ਤੋਂ ਘੱਟ 150 ਸਾਲ ਪੁਰਾਣਾ ਪਿੰਡ ਆ। ਲਿਖਤੀ 'ਚ ਹੁਣ ਸਾਹਮਣੇ ਹੀ ਆ ਤੁਹਾਡੇ ਕਿ 30 ਤਰੀਕ ਨੂੰ, ਹੁਣ ਕਹਿੰਦੇ 30 ਤਰੀਕ ਦਾ ਟਾਈਮ ਦਿੱਤਾ। 30 ਦਾ ਹਾਂਜੀ ਪਤਾ ਲੱਗਾ, ਇੱਕ ਇਹ ਸ਼ਾਹ ਘਰਾਂ ਨੂੰ 12 ਤਰੀਕ ਦਾ ਅਤੇ ਬਾਕੀਆਂ ਨੂੰ ਕਹਿੰਦੇ 30 ਤਰੀਕ ਦਾ। ਕਿੰਨੇ ਕੁ ਘਰਾਂ ਨੂੰ ਨੋਟਿਸ ਆਇਆ ਜੀ? 71 ਘਰਾਂ ਨੂੰ। ਅਤੇ ਅਸੀਂ ਚਾਹੁੰਦੇ ਕਿ ਸਾਨੂੰ ਪਿੰਡ 'ਚ ਰਹਿਣ ਦਿੱਤਾ ਜਾਏ। ਡੇਢ ਦੋ ਸੌ ਨਹੀਂ, ਜੇ ਪਿੰਡ 'ਚ ਨਹੀਂ ਰਹਿਣ ਦਿੰਦੇ ਆ, ਜੇ ਅਗਰ ਤੁਹਾਡੀ ਨਹੀਂ ਪ੍ਰਸ਼ਾਸਨ ਸੁਣਦਾ ਜਾਂ ਨਹੀਂ ਗੱਲ ਕਰਦਾ, ਅਗਲਾ ਕੀ ਐਕਸ਼ਨ ਹੋਏਗਾ ਫਿਰ ਤੁਹਾਡਾ? ਐਕਸ਼ਨ ਕੀ ਆ, ਅਸੀਂ ਤਾਂ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿੱਥੇ ਹੈਗਾ ਸਾਨੂੰ ਰਹਿਣ ਦਿੱਤਾ ਜਾਏ। ਮੇਰੀ ਮੈਸੇਜ ਸਰਪੰਚ ਆ ਸਰ। ਕੀ ਮਸਲਾ? ਮਸਲਾ ਹੈ ਸਰ, ਨਹਿਰ ਮਹਿਕਮੇ ਵਾਲਿਆਂ ਨੇ ਸਾਨੂੰ ਨੋਟਿਸ ਭੇਜੇ ਆ ਅਤੇ ਆ ਕਹਿੰਦੇ ਵੀ ਆ ਆ ਕੇ ਅਤੇ ਇੱਥੇ ਆ ਕੇ ਹਾਜ਼ਰੀਆਂ ਲਓ, ਅਤੇ ਮੈਂ ਉੱਥੇ 1 ਤਰੀਕ ਨੂੰ ਗਿਆ ਸੀ ਅਤੇ ਇਹਨਾਂ ਨੇ ਮੇਰੀ ਹਾਜ਼ਰੀ ਨਹੀਂ ਲਵਾਈ। ਉਹਦੇ ਬਾਅਦ ਮੇਰੇ 4-5 ਬੰਦੇ ਗਏ ਪਿੰਡ ਤੋਂ, ਉਹਨਾਂ ਦੀ ਹਾਜ਼ਰੀਆਂ ਲਵਾਈਆਂ ਇਹਨਾਂ ਨੇ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਮਿਲਾ ਦਿਓ ਸਾਨੂੰ ਕਿਸੇ ਨੂੰ। ਨੋਟਿਸ ਕੀ ਘੱਲਿਆ ਉਹਨਾਂ ਨੇ? ਨੋਟਿਸ ਇਹ ਆ ਸਾਹਮਣੇ ਆ ਤੁਹਾਡੇ ਆ ਜਿਹੜਾ ਨੋਟਿਸ ਹੈ, ਇਹੀ ਉਹਨਾਂ ਨੇ ਭੇਜਿਆ ਵੀ ਸਿਰਫ ਉੱਥੇ ਆ ਕੇ ਐਕਸ਼ਨ ਸਾਹਿਬ ਨੂੰ ਮਿਲੋ। ਨੋਟਿਸ ਤੇ ਇਹ ਗੱਲ ਆ ਵੀ ਕੁਛ ਇੱਥੇ ਬੰਦੇ ਕੋਈ ਨਸ਼ਾ ਨੁਸ਼ਾ ਖਾ ਕੇ ਮਰ ਗਏ, ਪਤਾ ਨਹੀਂ ਨਸ਼ਾ ਖਾ ਕੇ ਮਰ ਗਏ ਜਾਂ ਹੋਰ ਕਿਸੇ ਚੀਜ਼ ਨਾਲ ਮਰ ਗਏ, ਸਾਨੂੰ ਨਹੀਂ ਪਤਾ ਇਸ ਚੀਜ਼ ਕਰ, ਅਤੇ ਨਸ਼ਾ ਥੋੜ੍ਹਾ ਬਹੁਤਾ ਵਿਕਦਾ ਇਹ 'ਚ ਕੋਈ ਸ਼ੱਕ ਨਹੀਂ ਹੈ, ਪਰ ਵਿਕਦਾ ਉਹਦੇ 'ਤੇ ਪੁਲਿਸ ਨੇ ਜੋ ਕਾਨੂੰਨੀ ਕਾਰਵਾਈ ਬੰਦੀ ਉਹਨਾਂ ਦੀ ਕਰ ਦਿੱਤੀ, ਠੀਕ ਆ, ਆਪਾਂ ਵੀ ਉਸ ਚੀਜ਼ ਨਾਲ ਠੀਕ ਹੈ ਸਹਿਮਤ ਹੈ, ਜਿਹੜਾ ਅਪਰਾਧ ਕਰੇਗਾ ਉਹ ਭੁਗਤੇਗਾ, ਸਾਡੇ ਨਾਲ ਕੋਈ ਲੈਣ ਦੇਣ ਨਹੀਂ ਉਹਦਾ, ਠੀਕ ਹੈ। ਅਤੇ ਜੇ ਮਤਲਬ ਸਾਡਾ ਕੋਈ ਕਿਸੇ ਵੀ ਕਿਸੇ ਮਹਿਕਮੇ ਨੂੰ ਜਾਂ ਕਿਸੇ ਨੂੰ ਵੀ ਨਸ਼ੇ ਪ੍ਰਤੀ ਕੋਈ ਸਹਿਯੋਗ ਚਾਹੀਦਾ, ਆਪਾਂ ਸਹਿਯੋਗ ਦਾਂਗੇ। ਅਤੇ ਜੇ ਇਹ ਗੱਲ ਆ ਵੀ ਘਰ ਹੀ ਸਾਡੇ ਬਾਕੀ ਘਰ ਗਰੀਬਾਂ ਦੇ ਜਿਹੜੇ ਮਤਲਬ ਨਜਾਇਜ਼ ਬੰਦੇ ਆ ਜਿਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਬਾਰੇ ਵੀ ਯਾਰ ਇਹ ਕਿਉਂ ਸਾਡੇ ਘਰ ਢਾਣ ਦੀ ਸਕੀਮ ਬਣਾਉਣ ਦੇ, ਕਿਉਂ ਕੁਛ ਬਣ ਪੁੱਟਣ ਦੀ ਸਕੀਮ ਬਣਾ ਦੇ, ਉਹਦਾ ਮੈਨੂੰ ਸਮਝ ਨਹੀਂ ਲੱਗਦੀ ਵੀ ਕਿਉਂ ਇਹ ਮਾੜਾ ਚੰਗਾ ਕੰਮ ਕਰਨ ਦੇ। ਮੈਂ ਸਰ ਗਿਆ, ਮੈਨੂੰ ਹਾਜ਼ਰੀ ਲਵਾਈ, ਮੈਨੂੰ ਤਾਂ ਮਿਲਿਆ ਹੀ ਕੋਈ ਨਹੀਂ, ਤੇ ਮੈਨੂੰ ਕੱਲ੍ਹ ਜੇਈ ਸਾਹਿਬ ਦਾ ਫੋਨ ਆਇਆ ਅਤੇ ਕਹਿੰਦਾ ਨੋਟਿਸ, ਮੈਂ ਕਿਹਾ ਸਰ ਤੁਸੀਂ ਮੈਨੂੰ ਕੋਈ ਅਫਸਰ ਤੁਹਾਡਾ ਮਿਲਿਆ ਹੀ ਨਹੀਂ, ਮੈਨੂੰ ਐਕਸ਼ਨ ਸਾਹਿਬ ਵੱਲੋਂ ਤੁਸੀਂ ਮੈਨੂੰ ਕਿਹਾ ਮਿਲਣ ਵੱਲੋਂ ਅਤੇ ਉਹ ਨਹੀਂ ਮਿਲੇ ਮੈਨੂੰ, ਠੀਕ ਹੈ। ਮੈਂ ਉੱਥੇ ਕਿਹਾ ਕਿ ਆਇਆ, ਮੈਂ ਕਿਹਾ ਯਾਰ ਮੈਨੂੰ ਮਿਲਾ ਦਿਓ, ਕਹਿੰਦੇ ਨਹੀਂ ਇਹ ਨਹੀਂ ਮਿਲਾਉਣਾ। ਜਿਹੜੇ ਪਹਿਲੇ ਨੋਟਿਸ ਸ਼ੁਰੂ ਤੋਂ ਆਏ ਸੀਗੇ ਕਿੰਨੇ ਘਰਾਂ ਨੂੰ ਆਏ ਸੀਗੇ? ਪਹਿਲੇ 6 ਘਰ ਨੂੰ ਨੋਟਿਸ ਆਏ ਸੀ, ਉਸ ਤੋਂ ਬਾਅਦ ਕਾਫੀ ਟਾਈਮ ਬਾਅਦ ਆਇਆ। 30 ਤਰੀਕ ਨੂੰ ਮੇਰੇ ਖਿਆਲ 'ਚ ਇਹਨਾਂ ਨੇ 24 ਤਰੀਕ ਨੂੰ ਉੱਥੋਂ ਦਫ਼ਤਰ ਤੋਂ ਇਸ਼ੂ ਕਰਦੇ, ਦਫ਼ਤਰ ਤੋਂ ਕੱਢਤੇ ਇਹਨਾਂ ਨੇ, ਅਤੇ ਸਾਨੂੰ ਜਿਹੜਾ 31 ਤਰੀਕ ਨੂੰ ਮਤਲਬ ਰਿਸੀਵਿੰਗ ਸਾਨੂੰ 31 ਤਰੀਕ ਨੂੰ ਇਹਨਾਂ ਨੇ ਦਿੱਤੀ ਵੀ ਆ ਕੇ 1 ਤਰੀਕ ਨੂੰ ਹਾਜ਼ਰੀ ਲਓ।
ਹਾਂਜੀ ਉਹਨਾਂ ਦਾ ਕਹਿਣਾ ਵੀ ਇਹ ਸਾਡੀ ਨਹਿਰ ਮਹਿਕਮੇ ਦੀ ਜਗ੍ਹਾ 200 ਸਾਲ ਤੋਂ ਪਿੰਡ ਰਹਿ ਰਿਹਾ ਮੈਂ ਬੇਨਤੀ ਹੈ ਸਰ ਕਰਨਾ ਚਾਹੁੰਦਾ ਵੀ 200 ਸਾਲ ਤੋਂ ਪਿੰਡ 200 ਸਾਲ ਤੋਂ ਸਰਕਾਰਾਂ ਬਣਦੀਆਂ ਰਹੀਆਂ ਉਦੋਂ ਕਿਉਂ ਨਹੀਂ ਸਰਕਾਰ ਨੇ ਕਿਸੇ ਨੇ ਇਹਨੂੰ ਕਿਹਾ ਵੀ ਯਾਰ ਘਰ ਹਟਾ ਦਿਓ ਹੁਣ ਤਾਂ ਬੱਚਿਆਂ ਨੇ ਪਤਾ ਨਹੀਂ ਕਿੰਨੀ ਕਿੰਨੀ ਮਿਹਨਤ ਕਰਕੇ ਉਹ ਕਿੰਨੀਆਂ ਪੀੜ੍ਹੀਆਂ ਖਤਮ ਹੋ ਗਈਆਂ ਅਤੇ ਫਿਰ ਜਾ ਕੇ ਪਹਿਲਾਂ ਛਾਨਾ ਹੀ ਹੈ ਅਤੇ ਹੁਣ ਇਹਨਾਂ ਨੇ ਪੱਕੇ ਘਰ ਬਣਾਏ ਅਤੇ ਹੁਣ ਇਹਨਾਂ ਨੇ ਢਾਣ ਦੀ ਸਕੀਮ ਬਣਾ ਲਈ ਇੱਦਾਂ ਨਹੀਂ ਨਾ ਹੁੰਦਾ ਵੀ ਇਹਨਾਂ ਨੂੰ ਇਹਨਾਂ ਅੱਗੇ ਸਰਕਾਰਾਂ ਅੱਗੇ ਬੇਨਤੀ ਆ ਕਿ ਜਿੱਥੇ ਜਿੱਥੇ ਅਸੀਂ ਰਹਿਣ ਦੇ ਜਾਂ ਉੱਥੇ ਰਹਿਣ ਦਿਓ ਅਤੇ ਜਾਂ ਸਾਨੂੰ ਕਿਤੇ ਜਗ੍ਹਾ ਦੇ ਦਿਓ ਨਸ਼ੇ ਕਾਰਨ ਨਸ਼ੇ ਕਰਕੇ ਕੁਛ ਘਰ ਨਸ਼ਾ ਕਰਦੇ ਵੇਚਦੇ ਆ ਅਤੇ ਜਾਂ ਕੋਈ ਕਰਦਾ ਅਤੇ ਉਹਦੀ ਵਜ੍ਹਾ ਇਹ ਨਹੀਂ ਹੈ ਕਿ ਵੀ ਸਾਰਾ ਪਿੰਡ ਢਾ ਦਿਓ ਉਹਨਾਂ 'ਤੇ ਕਾਨੂੰਨੀ ਕਾਰਵਾਈ ਹੋ ਗਈ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਉਹਨਾਂ 'ਤੇ ਜਿਹੜੀ ਵੀ ਬੰਦੀ ਉਹਨਾਂ 'ਤੇ ਕਾਰਵਾਈ ਸਾਰੀ ਹੋਈ ਅਸੀਂ ਤਾਂ ਫਿਰ ਇੱਥੇ ਜੋ ਸਾਡਾ ਬਣੇਗਾ ਫਿਰ ਤਾਂ ਅਸੀਂ ਬੈਠਾਂਗੇ ਰੋਡਾਂ 'ਤੇ ਬੈਠਾਂਗੇ ਸੜਕਾਂ 'ਤੇ ਬਾਹਰ ਆਵਾਂਗੇ ਅਸੀਂ ਫਿਰ ਹੋਰ ਕੀ ਹੈ ਬੱਚੇ ਵੀ ਸਾਡੇ ਬਾਹਰ ਆਉਣਗੇ ਨਿੱਕੇ ਨਿੱਕੇ ਜਿਨ੍ਹਾਂ ਨੇ ਸੰਸਾਰ ਦੇਖਿਆ ਨਹੀਂ ਉਹ ਵੀ ਆਉਣਗੇ ਬਾਹਰ ਅਸੀਂ ਕਿੱਥੇ ਜਾਣਾ ਅਸੀਂ ਥੋੜ੍ਹਾ ਇੱਥੇ ਪਹਿਲੋਂ ਘਰ ਬਣਾਇਆ